ਲੁਧਿਆਣਾ ਆਤਮ ਨਗਰ ਵਾਸੀਆਂ ਨੂੰ ਬੇਨਤੀ ਆ ਵੀ ਉਹ ਵੱਧ ਤੋਂ ਵੱਧ ਵੋਟਾਂ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਲੈਟਰ ਬਾਕਸ ਦੇ ਵਿੱਚ ਆਪਣੀ ਵੋਟ ਪਾ ਕੇ ਨਾ ਤੱਕੜੀ ਨੇ ਨਾ ਪੰਜੇ ਨੇ ਕੰਮ ਆਉਣਾ ਇਸ ਇਮਾਨਦਾਰ ਬੰਦੇ ਨੇ, ਨਾ ਤੱਕੜੀ ਨੇ ਨਾ ਪੰਜੇ ਨੇ ਕੰਮ ਆਉਣਾ ਇਸ ਇਮਾਨਦਾਰ ਬੰਦੇ ਨੇ। ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਦੇ ਲੈਟਰ ਬਾਕਸ ਨੂੰ ਵੋਟਾਂ ਪਾ ਕੇ ਭ੍ਰਿਸ਼ਟਾਚਾਰੀ ਮੰਤਰੀ ਗਾਬੜੀਏ ਨੂੰ ਹਰਾਓ ਤੇ ਲੁਧਿਆਣੇ ਤੋਂ ਭਜਾਓ। ਨਾ ਤੱਕੜੀ ਨੇ ਨਾ ਪੰਜੇ ਨੇ ਕੰਮ ਆਉਣਾ ਇਸ ਇਮਾਨਦਾਰ ਬੰਦੇ ਨੇ, ਨਾ ਤੱਕੜੀ ਨੇ ਨਾ ਪੰਜੇ ਨੇ ਕੰਮ ਆਉਣਾ ਇਸ ਇਮਾਨਦਾਰ ਬੰਦੇ ਨੇ। ਲੁਧਿਆਣਾ ਤੇ ਨਗਰ ਵਾਸੀ ਉਹ ਵੱਧ ਤੋਂ ਵੱਧ ਵੋਟਾਂ ਲੈਟਰ ਬਾਕਸ ਨੂੰ ਪਾਓ। ਸਰਦਾਰ ਸਿਮਰ ਸਿੰਘ ਬੈਂਸ ਦਾ ਚੋਣ ਨਿਸ਼ਾਨ ਲੈਟਰ ਬਾਕਸ 'ਚ ਵੋਟ ਪਾ ਕੇ ਇਹਨਾਂ ਭ੍ਰਿਸ਼ਟਾਚਾਰੀਆਂ ਦਾ ਡੱਬਾ ਬੰਦ ਕਰ ਦਿਓ। ਨਾ ਤੱਕੜੀ ਨੇ ਨਾ ਪੰਜੇ ਨੇ ਕੰਮ ਆਉਣਾ ਇਸ ਇਮਾਨਦਾਰ ਬੰਦੇ ਨੇ, ਨਾ ਤੱਕੜੀ ਨੇ ਨਾ ਪੰਜੇ ਨੇ ਕੰਮ ਆਉਣਾ ਇਸ ਇਮਾਨਦਾਰ ਬੰਦੇ ਨੇ। ਮੈਂ ਲੋਕਾਂ ਦੇ ਪਿਆਰ ਨਾਲ, ਸੰਗਤ ਦੇ ਆਸ਼ੀਰਵਾਦ ਨਾਲ ਹਲਕਾ ਆਤਮ ਨਗਰ ਤੋਂ ਆਜ਼ਾਦ ਤੌਰ ਤੇ ਚੋਣ ਲੜ ਰਿਹਾ। ਜਥੇਦਾਰ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹਮੇਸ਼ਾ ਗਾਵੜੀਏ ਦਾ ਮੁਕਾਬਲਾ ਕੀਤਾ ਹੈ, ਕਿਉਂਕਿ ਗਾਵੜੀਆ ਸਾਹਿਬ ਹਮੇਸ਼ਾ ਭ੍ਰਿਸ਼ਟਾਚਾਰੀਆਂ ਦਾ ਹੀ ਸਾਥ ਦਿੰਦੇ ਸੀ, ਇਸ ਕਰਕੇ ਉਹਨੂੰ ਹਰਾਓ ਗਾਵੜੀਏ ਨੂੰ ਅਤੇ ਜਥੇਦਾਰ ਸਿਮਰਜੀਤ ਸਿੰਘ ਬੈਂਸ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਆਮ ਲੋਕਾਂ ਦੇ ਹਿੱਤਾਂ ਲਈ ਲੜਨ ਵਾਲਾ ਇਮਾਨਦਾਰ ਲੋਕਾਂ ਦੇ ਲਈ ਇਮਾਨਦਾਰ ਪਸੰਦ ਨੇਤਾ ਸਾਡਾ ਇਮਾਨਦਾਰ ਤੇ ਨੌਜਵਾਨ ਆਗੂ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਜੀ ਦਾ ਚੋਣ ਨਿਸ਼ਾਨ ਲੈਟਰ ਬਾਕਸ ਹੈ, ਲੈਟਰ ਬਾਕਸ ਦੇ ਵਿੱਚ ਵੱਧ ਤੋਂ ਵੱਧ ਆਪਣੀਆਂ ਵੋਟਾਂ ਪਾ ਕੇ ਇਹਨਾਂ ਭ੍ਰਿਸ਼ਟਾਚਾਰੀਆਂ ਦਾ ਡੱਬਾ ਬੰਦ ਕਰ ਦਿਓ। ਇਹ ਮੌਕਾ ਮਿਲਿਆ ਹੈ ਇਸ ਵਾਰ ਲੁਧਿਆਣੇ ਆਤਮ ਨਗਰ ਵਾਸੀਆਂ ਨੂੰ ਕਿ ਉਹ ਇਸ ਭ੍ਰਿਸ਼ਟਾਚਾਰੀ ਗਾਬੜੀ ਮੰਤਰੀ ਨੂੰ ਹਰਾ ਕੇ ਇੱਥੇ ਇੱਕ ਇਮਾਨਦਾਰ ਤੇ ਨੌਜਵਾਨ ਤੇ ਸੱਚੀ ਸੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਲੈਟਰ ਬਾਕਸ, ਉਹਨਾਂ ਨੂੰ ਜਿਤਾ ਕੇ ਤੁਸੀਂ ਇਹਨਾਂ ਭ੍ਰਿਸ਼ਟਾਚਾਰੀਆਂ ਦੇ ਡੱਬੇ ਬੰਦ ਕਰ ਦਿਓ।